वेलकम, सत श्री अकाल, सलाम, आप सभी का फिर से स्वागत है आपके अपने चैनल जो अभी आप यहाँ पर देख रहे हैं। और ये हमारा एपिसोड नंबर 10 है और देखते रहिए आप अपना जो ये ब्लॉग का तीसरा एपिसोड है, इसके अंदर आपको बहुत ज़्यादा मज़ा आएगा। और जो हमारी कल चीज़ें रह गई थी देखनी, डेस्टिनेशन जो कल रह गई थी वो भी हम देखेंगे, और क्रूज़ का जो दिन का सफ़र होता है वो भी हम आपको इसके बाद दिखाएंगे। और बहुत मज़ा आया। और सबसे इंटरेस्टिंग बात यह है कि आज का हमारा सारा व्लॉग होगा जो इंग्लिश के अंदर होगा, वो आप समझ सकती हैं हरियाणी, पंजाबी, राजस्थानी जो लोग होते हैं, जो हिंदी वाले लोग होते हैं उनकी इंग्लिश कैसी होती है, कट्टी पट्टी वैसी है, वही वाली चलेगी। और ये है जो इसके सामने अभी मैं खड़ा हूँ, ये भाई ये एक तरीके का पैलेस है, रानी का पैलेस है, क्वींस ऑफ पैलेस है, बाकी मैं नाम यहाँ पर लिख दूंगा, मुझे अभी इतना पता नहीं है इसके बारे में। तो चलिए मिलते हैं क्रूज के अंदर। Historic thing about this place. I mean,
this is London Eye, London Bridge, and the old Parliament House, anything etc. All this, near, London Tower, London Bridge, London Eye. No. I'm talking about the historic, any historic thing you know about this place, that it's like a 200 years ago, the workers made this or something about, something like that, you know. You are since 3 days in London, and anything else you know about the London? Our English, too much. Very good English. Yeah. हाँ जी, की फीलिंग है थोड़ी? हुण पंजाबी च दस दो, इंग्लिश च तां तुसी दसता ही, हाँ बिल्कुल फटे चकते ही, मन गए? हाँ अच्छा, कोई रोटी राटी खा के आए कि नहीं सवेरे? तुसी आज भी भूखे भाने आ गए घरों? ਸਵੇਰੇ ਕੁਛ ਖਾਧਾ ਨੀ? ਸਵੇਰੇ ਆਪਾਂ ਕੁਛ ਨੀ ਖਾਧਾ, ਅੱਛਾ ਠੀਕ ਹੈ, ਆਹ ਵੀ ਗੱਲ ਸਹੀ ਆ। ਕੌਫੀ ਵੀ ਚਾਹੇ ਹੁੰਦੀ, ਚਾਹੀ ਇੱਕ ਤਰੀਕੇ ਦੀ, ਗਰਮ ਪਾਣੀ ਆ ਉਹਦਾ ਕੀ ਹੈ? ਜਿਦਾਂ ਕਹਿੰਦੇ ਬੀਅਰ ਨੂੰ ਕਹਿੰਦੇ ਬਈ ਇਹ ਕੀ ਹੈ, ਇਹ ਤਾਂ ਜੌਆਂ ਦਾ ਪਾਣੀ ਹੈ, ਹਜ਼ਮੇ ਲਈ ਠੀਕ ਹੁੰਦੀ, ਉਹ ਗੱਲਾਂ ਹੀ ਆ ਬਸ। ਹਾਂ ਬਿਲਕੁਲ ਸੇਮ ਸਿਸਟਮ ਆ। ਤੇ ਜੇ ਗੱਲ ਕਰੀਏ ਤੇ ਸੀਟਾਂ ਬਹੁਤ ਕੰਫਰਟੇਬਲ ਹੈ ਕਰੋਜ਼ ਦੇ ਵਿੱਚ। ਹਾਂ ਅੰਦਰ ਇਹਨਾਂ ਨੇ ਕੈਂਟੀਨ ਬਣਾਈ ਹੋਈ ਆ, ਦੋ ਹਰ ਜਿੱਦਾਂ ਕਹਿੰਦੇ ਵੀ ਦੋ LED ਇੱਥੇ ਲੱਗੀ ਹੋਈ, ਦੋ ਮੂਹਰੇ ਲੱਗੇ ਹੋਏ, ਦੋ ਪਿੱਛੇ ਲੱਗੀ ਹੋਈ ਹੈ, ਤੇ ਅੰਦਰ ਹੀਟਿੰਗ ਲੱਗੀ ਹੋਈ ਹੈ, ਤੇ ਜਿੱਦਾਂ ਬਾਹਰ ਠੰਡ ਹੁੰਦੀ ਹੈ, ਬਾਹਰ ਅੱਜ ਬਹੁਤ ਠੰਡ ਹੈ, ਤੇ ਜਦੋਂ ਦੇ ਅਸੀਂ ਆਇਆ ਯਾਰ ਉਦੋਂ ਤੇ ਠੰਡ ਬਹੁਤ ਹੈ, ਜਿੰਨੀ ਬਰਮਿੰਗਮ 'ਚ ਠੰਡ ਹੁੰਦੀ ਉਹ 'ਚ ਜ਼ਿਆਦਾ, ਅੱਜ ਕੋਹਰਾ ਵੀ ਪਿਆ, ਕੋਹਰਾ ਪਿਆ ਨਾਲ ਜ਼ਿਆਦਾ ਠੰਡ ਹੋ ਗਈ। ਅੱਛਾ ਇੰਗਲੈਂਡ ਨੇ ਉਦਾਂ ਹੀ ਕਰਦੇ, ਕੁਛ ਅੱਜ ਦੀ ਠੰਡ ਨੇ ਕਰਦੇ ਆ, ਆਪਣਾ ਬਸ ਕੀ। ਲੰਡਨ ਆਈ ਪਹੁੰਚ ਚੱਲੇ ਆ, ਤੇ ਮਾੜੀ ਜਿਹੀ ਦੇਰ ਲੱਗਣੀ ਆ। ਆਹ ਦੇਖੋ ਤੁਸੀਂ ਕਿੰਨੇ ਇੱਥੇ ਖੜੇ ਆ, ਕਰੋਸ ਖੜੇ ਆ, ਵੀ ਬੰਦੇ ਨੂੰ ਚੱਕਣਗੇ। ਪਹਿਲਾਂ ਇੱਦਾਂ ਹੁੰਦਾ ਸੀਗਾ, ਜਿਹੜੀ ਇਹਦਾ ਨਾਂ ਦੱਸ ਨੇ ਭੁੱਲ ਗਏ, ਜਿਹੜੀ ਆਹ ਰਿਵਰ ਹੈ ਇਹਦਾ ਨਾਂ ਹੈ ਥੇਮਸ ਰਿਵਰ, ਤੁਸੀਂ ਬਹੁਤ ਸੁਣਿਆ ਹੋਣਾ, ਬਹੁਤ ਫੇਮਸ ਰਿਵਰ ਇਹ। ਅਤੇ ਇੱਥੇ ਪਹਿਲਾਂ ਥਾਂ ਥਾਂ 'ਤੇ ਪਹਿਲੇ ਡੋਕਯਾਰਡ ਹੁੰਦੇ ਸੀਗੇ, ਇੱਥੋਂ ਸਮਾਨ ਚੱਕਦੇ ਸੀ ਇਸ ਰਿਵਰ ਤੋਂ। ਜਿਹੜਾ ਤੁਸੀਂ ਉੱਥੇ ਲੰਡਨ ਬ੍ਰਿਜ ਦੇਖਿਆ, ਜਦੋਂ ਬੜੇ ਬੜੇ ਸ਼ਿਪ ਆਉਂਦੇ ਸੀ ਕਿ ਦੂਜੀ ਕੰਟਰੀਆਂ ਤੋਂ ਸਮਾਨ ਲੈ ਕੇ, ਮੰਨ ਲਓ ਜਦੋਂ ਇੰਡੀਆ ਜਦੋਂ ਗੁਲਾਮ ਸੀਗਾ, ਉਦੋਂ ਉੱਥੋਂ ਜਿਹੜਾ ਸਮਾਨ ਲੈ ਕੇ ਇੱਥੇ ਆਉਂਦੇ ਸੀ, ਸੋਨਾ ਲੈ ਕੇ ਆਉਂਦੇ ਸੀ, ਜੋ ਵੀ ਜੋ ਚੀਜ਼ਾਂ ਲੈ ਕੇ ਆਉਂਦੇ, ਬੜੇ ਬੜੇ ਸ਼ਿਪਾਂ 'ਚ ਲੈ ਕੇ ਆਉਂਦੇ ਸੀ, ਅਤੇ ਉਹ ਜਦੋਂ ਬ੍ਰਿਜ ਦੇ ਅੰਦਰ ਦੀ ਲੰਘਦਾ ਸੀ, ਅਤੇ ਫਿਰ ਉਹ ਬ੍ਰਿਜ ਇੱਦਾਂ ਖੁੱਲ੍ਹ ਜਾਂਦਾ ਸੀ, ਅਤੇ ਬਹੁਤ ਵੱਡੀ ਮਕੈਨਿਜ਼ਮ ਉਹਦੇ ਪਿੱਛੇ ਇਹਨਾਂ ਨੇ ਯੂਜ਼ ਕੀਤੇ, ਵੱਡੇ ਵੱਡੇ ਇੰਜੀਨੀਅਰ ਆਏ ਆ। ਹਾਂ ਹੁਣ ਤਾਂ ਇਹਨਾਂ ਨੇ ਟੂਰਿਸਟ ਪਲੇਸ ਬਣਾਇਆ, ਪਹਿਲਾਂ ਇਹਨਾਂ ਦੀ ਮਜਬੂਰੀ ਹੋ ਗਈ ਸੀ ਕਿਉਂਕਿ ਇਹਨਾਂ ਨੂੰ ਬ੍ਰਿਜ ਵੀ ਚਾਹੀਦਾ ਸੀ ਉੱਥੇ, ਅਤੇ ਰਾਵੀ ਚਾਹੀਦਾ ਸੀ, ਅਤੇ ਆਹ ਥੇਮਸ ਰਿਵਰ ਬਹੁਤ ਫੇਮਸ ਹੈ ਆਪਣੇ ਡੋਕਯਾਰਡ ਸਿਸਟਮ ਲਈ, ਹੁਣ ਟੂਰਿਜ਼ਮ ਲਈ ਇਹ ਫੇਮਸ ਹੋ ਗਈ। ਅਤੇ ਜੇ ਗੱਲ ਕਰੀਏ ਤਾਂ ਪਾਣੀ ਦੀ, ਪਹਿਲਾਂ ਕਹਿੰਦੇ ਵੀ ਸਭ ਤੋਂ ਜਿਹੜੀ ਸਾਫ ਰਿਵਰ ਹੈ, ਦ ਕਲੀਨੈਸਟ ਰਿਵਰ ਆਫ ਦਾ ਵਰਲਡ, ਉਹ ਕਹਿੰਦਾ ਵੀ ਥੇਮਸ ਰਿਵਰ ਹੈ, ਪਰ ਹੁਣ ਤਾਂ ਇਹਦਾ ਵੀ ਹੱਲ ਹੋਈ ਹੈ ਆਪਣੇ। ਹਾਂ ਯਮੁਨਾ ਰਿਵਰ ਵਾਲੇ ਦਾ ਹਾਲ ਹੈ, ਅਤੇ ਹਾਂ ਗੱਲ ਇੱਦਾਂ ਕਰੀਏ ਬਈ ਪਾਣੀ ਇੱਦਾਂ ਵੀ ਖਰਾਬ, ਕਿਉਂਕਿ ਇੱਥੇ ਹਰ ਤੀਜੇ ਦਿਨ ਇੱਥੇ ਮੀਂਹ ਪੈ ਜਾਂਦਾ, ਕਿਉਂਕਿ ਇੱਥੇ ਵੈਦਰ ਦਾ ਕੋਈ ਪ੍ਰੋਸੈਸ ਨਹੀਂ। ਬਿਲਕੁਲ ਹਾਂ, ਕਿਉਂਕਿ ਇੱਥੇ ਮੀਂਹ ਦਾ ਕੋਈ ਭਰੋਸਾ ਨਹੀਂ, ਔਰ ਤਾਂ ਕਰਕੇ ਤਾਂ ਪਾਣੀ ਬਹੁਤ ਖਰਾਬ ਹੋ ਗਿਆ। ਬਾਕੀ ਬਾਕੀ ਕੀ,
ਗੱਲ ਪਤਾ ਕੀ ਸਾਡਾ ਵਲੋਗ ਹੁੰਦਾ ਅਨਸਕ੍ਰਿਪਟਿਡ ਤੇ ਅਸੀਂ ਕੁਛ ਏਦਾਂ ਨਹੀਂ ਹੁੰਦਾ ਵੀ ਪਹਿਲਾਂ ਕੋਈ ਸੋਚਦੇ ਆ ਬਈ ਆਹ ਗੱਲ ਕਹਿਣੀ ਆ ਏਦਾਂ ਉਹ ਤਾਂ ਜਿਹੜੀ ਗੱਲ ਸਾਡੇ ਮਨ ਚ ਆਉਂਦੀ ਆ ਅਸੀਂ ਨਾਲ ਦੀ ਨਾਲ ਤੁਹਾਡੇ ਸਾਹਮਣੇ ਸ਼ੇਅਰ ਕਰੀ ਜਾਂਦੇ ਆ ਆਹੀ ਹਿਸਾਬ ਕਿਤਾਬ ਕੁਛ ਆ ਗਿਆ ਬਈ ਆਪਣਾ ਸਟੇਸ਼ਨ ਆਪਣੇ ਸਟੇਸ਼ਨ ਦਾ ਨਾਮ ਵੈਸਟਮਿੰਸਟਰ ਵੈਸਟਮਿੰਸਟਰ ਕੇ ਬਿਲਕੁਲ ਹੀ ਸਾਥ ਮੇ ਲੰਡਨ ਆਈ ਔਰ ਇਸ ਸਾਈਡ ਮੇ ਪਾਰਲੀਮੈਂਟ ਹਾਊਸ ਪਰ ਵੀ ਆਪਾਂ ਲੈ ਕੇ ਚਲੇਂਗੇ ਔਰ ਦੇਖਦੇ ਹਾਂ ਕਿਆ ਹੋਗਾ ਅੱਗੇ ਚੱਲ ਕੇ ਦਿਖਾਉਂਦੇ ਆਪਾਂ ਸਾਰਾ ਕੁਝ ਲੈਟਸ ਸੀ ਵਾਟ ਇਜ਼ ਗੋਇੰਗ ਟੂ ਹੈਪਨ ਤਾਂ ਬਾਈ ਉਹ ਕਰੂਜ਼ ਤੋਂ ਉਤਰਨ ਤੋਂ ਬਾਅਦ ਅਸੀਂ ਆ ਗਏ ਹਾਂ ਇੱਥੇ ਲੰਡਨ ਆਈ ਕੋਲੇ ਤੇ ਹੁਣ ਅਸੀਂ ਖੜੇ ਹਾਂ ਹੁਣ ਅਸੀਂ ਥੋੜ੍ਹਾ ਜਿਹਾ ਫੋਟੋ ਸੈਸ਼ਨ ਕੀਤਾ ਅਤੇ ਮਾੜੀ ਜਿਹੀ ਫੋਟੋਆਂ ਖਿੱਚੀਆਂ ਆ ਪਿੱਛੇ ਬਾਜ ਹੈਗਾ ਉਹਦੇ ਨਾਲ ਵੀ ਖਿੱਚੀਆਂ ਫੋਟੋਆਂ ਅਤੇ ਆਪਣਾ ਕੀ ਕਹਿੰਦੇ ਲੰਡਨ ਆਈ ਦੇ ਨਾਲ ਵੀ ਖਿੱਚੀਆਂ ਤੁਸੀਂ ਦੇਖ ਸਕਦੇ ਹੋ ਸਾਡੀ ਫੋਟੋਆਂ ਜਾ ਕੇ ਆਪਣੇ ਇੰਸਟਾਗ੍ਰਾਮ ਆਈ ਡੀਜ਼ 'ਤੇ ਜਿਹੜੀ ਅਸੀਂ ਤੁਹਾਨੂੰ ਮੈਨਸ਼ਨ ਕਰ ਦਾਂਗੇ ਥੱਲੇ ਡਿਸਕ੍ਰਿਪਸ਼ਨ 'ਤੇ ਮਜ਼ਾ ਆ ਗਿਆ ਕੀ ਕਹਿੰਦੇ ਉਹਨੂੰ ਫੁੱਲ ਆਫ ਇੰਜੋਇਮੈਂਟ ਲਾਈਕ ਦਿਸ ਯਾ ਔਰ ਜੋਗਾ ਜੀ ਹੈ ਜੋ ਆਪਣੇ ਬਹੁਤ ਥੋੜ੍ਹੇ ਜਿਹੇ ਬਿਜੀ ਜਾਂ ਕਿਸੇ ਨੇ ਬੁਲਾ ਲਈਏ ਤਾਂ ਕੀ ਕਹਿੰਦੇ ਭਾਅ ਜੀ ਮਾੜੀ ਜੀ ਯਾਰ ਫੋਟੋ ਖਿੱਚ ਦਿਓ ਜੋਗਾ ਜੀ ਫਿਰ ਤੁਹਾਨੂੰ ਪਤਾ ਹੀ ਕਿੰਨੇ ਦਿਆਲੂ ਕਹਿੰਦਾ ਕੋਈ ਚੱਕਰ ਨਹੀਂ ਅਸੀਂ ਖਿੱਚ ਦਿੰਦੇ ਹਾਂ ਔਰ ਉਹ ਮਾੜਾ ਜਿਹਾ ਹੁਣ ਬਿਜ਼ੀ ਹੋ ਗਏ ਫੋਟੋ ਖਿੱਚਣ 'ਚ ਅਤੇ ਅਸੀਂ ਔਰ ਦੀ ਵੇਟ ਕਰਦੇ ਪਏ ਹਾਂ ਉਹ ਤੋਂ ਬਾਅਦ ਅਸੀਂ ਜਾਵਾਂਗੇ ਉਹਦੇ ਨੇੜੇ ਬਾਕੀ ਜਿਹੜੀ ਲੰਡਨ ਆਈ ਦੀ ਕਹਿੰਦੇ ਆ ਜਿਹਨੂੰ ਉਹਨੂੰ ਦੇਖਣ ਦਾ ਮਜ਼ਾ ਉਹ ਦੂਰੋਂ ਹੀ ਆਉਂਦਾ ਨੇੜੇ ਤੁਸੀਂ ਉਹਦਾ ਮਜ਼ਾ ਨਹੀਂ ਲੈ ਸਕਦੇ ਕਿਉਂਕਿ ਜਿਹੜਾ ਵਿਊ ਹੈ ਵਿਊ ਉੱਤੋਂ ਦੀ ਇੱਧਰ ਦੀ ਆਉਂਦਾ ਵਿਊ ਜੇ ਤੁਸੀਂ ਦੇਖੋ ਤਾਂ ਲੰਡਨ ਆਈ ਦਾ ਵਿਊ ਇੱਧਰ ਦੀ ਵਧੀਆ ਆਉਂਦਾ ਜੇ ਨੇੜੇ ਜਾਓ ਨੇੜੇ ਤਾਂ ਫਿਰ ਉਹ 'ਚ ਇੱਦਾਂ ਵੀ ਤੁਸੀਂ ਬਹਿ ਸਕਦੇ ਹੋ ਬਹਿ ਕੇ ਤੁਸੀਂ ਪੂਰਾ ਲੰਡਨ ਦੇਖ ਸਕਦੇ ਹੋ ਅਤੇ ਨਾਈਟ ਵਿਊ ਅਸੀਂ ਤੁਹਾਨੂੰ ਰਾਤੀ ਦਿਖਾਤਾ ਸੀ ਲੰਡਨ ਬ੍ਰਿਜ 'ਚੋਂ ਔਰ ਹੁਣ ਉੱਥੇ ਜਾਣ ਦਾ ਇੰਨਾ ਫਾਇਦਾ ਸਾਨੂੰ ਲੱਗਦਾ ਨਹੀਂ ਕਿਉਂਕਿ ਉਹਨੂੰ ਲੱਗਦਾ ਮਾੜਾ ਜਿਹਾ ਯਾਰ ਡਰ ਲੰਡਨ ਆਏ ਜਿਹੜਾ ਝੁੱਲਾ ਹੈਗਾ ਝੁੱਲੇ ਤੋਂ ਮਿਹਨਤ ਤੋਂ ਜਿਹੜਾ 10 ਫੀਟ ਦਾ ਝੁੱਲਾ ਹੁੰਦਾ ਉਹ ਤੋਂ ਵੀ ਉਹਨੂੰ ਡਰ ਲੱਗਣ ਲੱਗ ਪੈਂਦਾ ਅਤੇ ਮੈਨੂੰ ਤਾਂ ਹੈ ਹੀ ਹੈ ਸਟਾਰਟਿੰਗ ਦਾ ਫੋਬੀਆ ਔਰ ਦੇਖਦੇ ਹਾਂ ਹੁਣ ਹਜੇ ਤਾਂ ਸਲਾਹ ਬਣਦੀ ਪਈ ਹੈ ਕਿਤੇ ਕਿਤੇ ਜਾਵਾਂਗੇ ਕੀ ਕਰਾਂਗੇ ਅਤੇ ਬਣੇ ਰਹੋ ਸਾਡੇ ਨਾਲ ਦੇਖਦੇ ਹਾਂ ਜੋਗਾ ਜੀ ਵਿਹਲੇ ਹੋਏ ਕਿ ਨਹੀਂ ਹਾਂਜੀ 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 ਭਾਅ ਜੀ ਹੋਏ ਕਿ ਨਹੀਂ ਵਿਹਲੇ ਤੁਸੀਂ ਹੋ ਗਏ ਆ ਅਤੇ ਚਲੀਏ ਹੁਣ ਫਿਰ ਬਸ ਉਹ ਛਾਲ ਮਾਰਨਾ ਹੀ ਪੈਂਦੇ ਛਾਲ ਮਾਰਨੇ ਜੀ ਅਤੇ ਜੋਗਾ ਜੀ ਐਕਸਕਲੂਸਿਵ ਚੀਜ਼ ਜੋ ਤੁਸੀਂ ਦੇਖ ਸਕਦੇ ਹੋ ਆਪਣੇ ਵਲੋਗ ਦੇ ਅੰਦਰ ਜੋਗਾ ਜੀ ਹੁਣ ਇੱਥੋਂ ਪਾਣੀ 'ਚ ਛਾਲ ਮਾਰਨ ਲੱਗੇ ਆ ਅਤੇ ਮਾਰੋ ਵੀ ਪਾਣੀ 'ਚ ਛਾਲ ਮਾਰੋ ਮੈਂ ਛਾਲ ਵੀ ਮਾਰਦਾ ਪਾਣੀ 'ਚ ਛਾਲ ਮਾਰੋ ਹੁਣ ਇਹਨੇ ਕਹਿਤਾ ਵੀ ਹੁਣ ਮਾਰਨੀ ਪੈਣੀ ਹੈ ਛਾਲ ਮਾਰੋ ਦੇਖੋ ਜੇ ਪਾਣੀ ਡੂੰਘਾ ਹੈ ਫਿਰ ਨਹੀਂ ਮੈਂ ਛਾਲ ਮਾਰਨੀ ਅੱਛਾ ਤੇ ਉਧਰ ਕੀ ਪਾਣੀ ਇਤਨਾ ਡੂੰਘਾ ਨਹੀਂ ਹੈ ਭਾਈ ਸਾਹਿਬ ਸਾਹਮਣੇ ਆਪਣੇ ਦਿਖਾ ਦੋ ਆਪਣੀ ਯੂਟਿਊਬ ਬਸ ਦਿਖਾਤਾ ਦਿਖਾਤਾ ਹਾਂ ਫਿਰ ਠੀਕ ਆ ਹੁਣ ਤੁਸੀਂ ਛਾਲ ਮਾਰਦੇ ਹੋ ਜਾਂ ਨਹੀਂ ਨਹੀਂ ਮੈਂ ਨਹੀਂ ਛਾਲ ਮਾਰ ਸਕਦਾ ਹੁਣ ਤੁਸੀਂ ਕਹੇ ਵੀ ਮੈਂ ਛਾਲ ਮਾਰਨੀ ਆ ਮਤਲਬ ਮਾਰਨੀ ਆ ਹੁਣ ਤੁਸੀਂ ਛਾਲ ਮਾਰ ਕੇ ਦਿਖਾਓ ਛਾਲ ਮੈਂ ਨਹੀਂ ਮਾਰ ਸਕਦਾ ਬਹੁਤ ਜ਼ਿਆਦਾ ਠੰਡਾ ਪਾਣੀ ਆ ਜੇ ਹੁੰਦੀ ਥੋੜੀ ਜਿਹੀ ਗਰਮੀ ਫਿਰ ਕੀ ਪਤਾ ਨਹਾ ਲੈਂਦੇ ਆਪਾਂ ਵਿੱਚ ਵੜ ਕੇ ਯਾਰ ਇੱਦਾਂ ਵੀ ਨਹੀਂ ਹੋਣਾ ਚਾਹੀਦਾ ਵੀ ਜੇ ਥੋੜੀ ਜਿਹੀ ਗਰਮੀ ਹੋ ਤਾਂ ਕਰਕੇ ਤੁਸੀਂ ਛਾਲ ਮਾਰਨੀ ਆ ਹੁਣ ਛਾਲ ਮਾਰਨੀ ਆ ਤਾਂ ਮਾਰਨੀ ਆ ਨਾ ਨਾ ਠੰਡ ਪਤਾ ਕਿੰਨੀ ਕਹਿਦਾ ਤੇ ਕਹਿਦਾ ਯਾਰ ਜ਼ਬਾਨ ਨਾਲ ਦੀ ਕੋਈ ਚੀਜ਼ ਬਾਹਰ ਖੜੇ ਆ ਤਾਂ ਬੰਦਾ ਇੱਥੇ ਮਰਨ ਵਾਲਾ ਹੋਵੇ ਇੰਨੀ ਠੰਡ ਹੋ ਰਹੀ ਆ ਦੇਖ ਮੇਰੇ ਹੱਥ ਦੇਖ ਲਾ ਲਾਲ ਹੋ ਗਏ ਕਿੱਦਾਂ ਹੋ ਗਿਆ ਨਹੀਂ ਜ਼ਬਾਨਾਂ ਦੀ ਕੋਈ ਚੀਜ਼ ਹੁੰਦੀ ਬੰਦਾ ਨਹੀਂ ਕਹਿਦਾ ਛਾਲ ਮਾਰਨੀ ਹੈ ਤਾਂ ਮਾਰਨੀ ਆ ਨਾ 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 ਛਾਲ ਬਿਲਕੁਲ ਨਹੀਂ ਮਾਰਨੀ ਇਦਾਂ ਕਿੱਦਾਂ ਛਾਲ ਨਹੀਂ ਛਾਲ ਤਾਂ ਮਾਰਨੀ ਸਾਡੀ ਕੁਲਫੀ ਬਣ ਜਾਣੀ ਅੰਦਰੋਂ ਆਕੜੇ ਕੱਢਣਾ ਬਾਅਦ ਚੋਂ ਹਾਂ ਹੋਰ ਪਾਣੀ ਦੇ ਵਿੱਚ ਵੜਦੇ ਹੀ ਬਰਫ਼ ਬਣ ਜਾਣਾ ਕੰਮ ਇਹੋ ਜਿਹਾ ਹੈਗਾ ਸਾਹਿਬ ਮੈਂ ਕਹਿੰਦਾ ਪੁੱਛੀ ਨਾ ਇਦਾਂ ਹੁੰਦਾ ਇਦਾਂ ਹੋ ਜਾਂਦਾ ਲੱਗਦਾ ਆਫਟਰਨੂਨ ਡਰ ਡਰ ਕੇ ਕੀ ਜੀਤਾ ਦੇਖਿਆ ਨਹੀਂ ਤੇਰੀ ਮਾਊਂਟਨ ਡਿਊ ਐਪੀਸੋਡ ਉਹਨਾਂ ਦਾ ਸਲਮਾਨ ਖਾਨ ਵਾਲੀ ਮੂਵੀ ਨਾ 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 ਉਹ ਉਹਨਾਂ ਦਾ ਸੀ ਉਹਦੇ ਤੇ ਐਡ ਸ਼ੋ ਉਹਨਾਂ ਦਾ ਸੀ ਹੱਥ ਦਗਾਈ ਆਪਣੇ ਕਿੱਦਾਂ ਦੇ ਹੋਏ ਆ ਠੰਡ 'ਚ ਹੱਥ ਇਦਾਂ ਦੇ ਹੋਏ ਆ ਉਹ ਰੈਡ ਰੈਡ 'ਚ ਹੋਏ ਆ ਇਹ ਤਾਂ ਕੋਈ ਨਹੀਂ ਬਾਕੀ ਗੱਲਾਂ ਦੀਆਂ ਗੱਲਾਂ ਹੁਣ ਕੀ ਪ੍ਰੋਗਰਾਮ ਹੈ ਜੱਗਾ ਜੀ ਦੱਸੋ ਚੱਲੀਏ ਹੁਣ ਆਪਾਂ ਫਿਰ ਘਰ ਨੂੰ ਅੰਡਰਗਰਾਉਂਡ ਫੜ ਕੇ ਟ੍ਰੇਨ ਤੇ ਉੱਥੇ ਚੱਲੀਏ ਵਿਕਟੋਰੀਆ ਸਟੇਸ਼ਨ ਨੂੰ ਵਿਕਟੋਰੀਆ ਸਟੇਸ਼ਨ ਚੱਲੀ ਤੇ ਆਪਾਂ ਹੁਣ ਬਸ ਸਾਡਾ ਪਹਿਲਾ ਪਲਾਨ ਸੀਗਾ ਪਾਰਲੀਮੈਂਟ ਹਾਊਸ ਜਾਣ ਦਾ ਲੰਡਨ ਆਈ ਦੇਖਣ ਤੋਂ ਬਾਅਦ ਲੇਕਿਨ ਹੁਣ ਅਸੀਂ ਸੋਚਦੇ ਹਾਂ ਕਿ ਚੱਲੀਏ ਕਿਉਂਕਿ ਹੁਣ ਸਾਡੇ ਕੋਲ ਟਾਈਮ ਦੀ ਹੈਗੀ ਘਾਟਾ ਔਰ
चलते हैं हूँ अपने घर न अपना आह व्लॉग इतने समाप्त करते हैं। जेड़े अपने पहले दो व्लॉग आए उन्होंने देखने लिए तुम अपने चैनल सबसक्राइब करो, लाइक करो, शेयर करो, कमेंट करो और इतने डिस्क्रिप्शन के अंदर तुम्हें दो एपीसोड के लिंक मिल जाएंगे वीडियो के थले और इदा ही बने रहो साडे नाल प्यार बनाए रखो और वधिया 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 की नू कहिंदे आ कि बहुत वधिया एक्सपीरियंस रहा साडा लंडन आने का। जो मुड़ के फिर आवांगे कदे फिर गेड़ा लग गया कमेंट देने भी कमेंट दसना भी असि जे टूर चाहते हो अगला टूर असि करिए लंडन का हाँ फिर असि आवांगे जरूर करांगे बिलकुल करांगे सब जिन्हें तो ज्यादा अपने कमेंट आउणगे भरा जिन्हें करनगे दुनिया बना इंग्लिश बना कोई हिंदी बना बथेरे बंदे बना डिफरेंट है कि असि हर बार लैंग्वेज हम चेंज करते हैं बिलकुल हम हरियाणी में बोला ठीक है राजस्थानी में बोला बिल्कुल बोला भाई पंजाबी भी बोलते हैं पंजाबी कैन स्पीक इन इंग्लिश एवरीथिंग थानू पता ही साडी इंग्लिश कितनी दमदार है क्यों बिल्कुल ऐदा ही है यार हां।